ਗੱਲਬਾਤ ਕਰਕੇ ਜਾਣਕਾਰੀ ਲੈ ਲਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ। ਰਾਏਰਾ ਸਿੰਘ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਦੋਂ ਤੁਸੀਂ ਬੰਦਾ ਫੜਿਆ ਤੇ ਕੀ ਕਰ ਰਿਹਾ ਸੀ? ਅਸੀਂ ਤਾਂ ਮੈਂ ਤੇ ਬਾਬਾ ਹਰਬੰਦਰ ਸਿੰਘ ਜੀ ਬੈਠੇ ਸੀਗੇ। ਬਾਬਾ ਜੀ ਰਾਤ ਆਏ ਨੇ ਸਾਹਿਬ ਜੀ ਬੈਠੇ ਸੀ, ਗੱਲਾਂ ਬਾਤਾਂ ਕਰਦੇ ਸੀਗੇ। ਸਾਨੂੰ ਸਿੰਘ ਨੇ ਦੱਸਿਆ ਕਿ ਬਾਬਾ ਜੀ ਉੱਥੇ ਇੱਕ ਬੰਕੋ ਸਾਡੇ ਪਾਣ ਦੇ ਵਿੱਚ ਸਿੰਘ ਆ, ਉਹਨੇ ਇੱਕ ਕੋਈ ਤੁਰਿਆ ਗੱਡੀ ਲਈ ਜਾਂਦਾ ਸੀ, ਉਹਦੇ ਲੱਤਾਂ 'ਤੇ ਡਾਂਗ ਮਾਰਤੀ, ਲੱਤ ਤੋੜਤੀ ਅਤੇ ਉਹ ਉੱਥੇ ਪਿਆ, ਰੌਲਾ ਪਾਈ ਜਾਂਦਾ ਵਾ, ਐਂ ਫੜਿਆ ਤੁਹਾਡੇ ਬੰਦਿਆਂ ਨੇ। ਫਿਰ ਅਸੀਂ ਇੱਥੋਂ ਭੱਜ ਕੇ ਗਏ, ਫਿਰ ਇਹਨੂੰ ਉੱਥੇ ਫੜਿਆ। ਉੱਥੇ ਸੀ ਉਹ ਅਮਨ ਸਿੰਘ ਦਾ ਬੰਦਾ ਵਾ, ਸਾਨੂੰ ਨਹੀਂ ਪਤਾ ਇਹ ਕਦੋਂ ਲੜਿਆ ਉਹਦੇ ਨਾਲ, ਕਦੋਂ ਨਹੀਂ ਇਹ ਉਹ ਦੱਸ ਸਕਦਾ। ਬਾਕੀ ਇਹੋ ਜਿਹੇ ਬੰਦੇ ਨੇ ਸਾਡੀਆਂ ਹਜੇ ਦੂਜਾ ਤਾਜ਼ਾ ਦੂਜਾ ਦੂਸਰੇ ਪਾਸੇ ਲਈ ਜਾਂਦੇ ਨੇ, ਵਿਆਹ ਦੇ ਵੀਰਾਂ ਘਟਨਾਵਾਂ ਹਜੇ ਹੋ ਕੇ ਹਟੀ, ਉਹ ਹਜੇ ਠੰਡਾ ਨਹੀਂ ਹੋ ਰਿਹਾ, ਇਹ ਹੋਰ ਹੋਰ ਛੇੜੀ ਜਾਂਦੇ ਨੇ ਇਹੋ ਜਿਹੇ ਲੋਕ ਆ ਕੇ। ਅਸੀਂ ਸਾਰਿਆਂ ਦੀ ਮੌਜੂਦਗੀ ਲੱਖਾ ਬਾਈ ਖੜ੍ਹਾ, ਬਾਬਾ ਜੀ ਪੁਲਿਸ ਖੜ੍ਹੀ ਆ, ਅਸੀਂ ਆਪ ਇਹਨੂੰ ਫਿਰ ਉੱਥੇ ਡਾਂਗ ਫੇਰੀ ਆ ਚੰਗੀ ਤਰ੍ਹਾਂ, ਫਿਰ ਕਿਆ ਪੁਲਿਸ ਆਈ, ਅਸੀਂ ਉਹਨੂੰ ਦੇਣ ਲੱਗੇ। ਸਾਡਾ ਕੁਛ ਨਹੀਂ ਲੱਗਦਾ, ਇਹਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਪੁੱਛਤਾਛ ਪੂਰੀ ਹੋ ਜਾਣੀ ਚਾਹੀਦੀ, ਕਿੱਥੋਂ ਆਏ ਨੇ। ਹੁਣ ਅਸੀਂ ਅਮਨ ਨੂੰ ਫੜਾਂਗੇ, ਉਹਨੂੰ ਵੀ ਬਖਸ਼ਾਂਗੇ ਨਹੀਂ ਹੈਗਾ, ਜਿਹੜੇ ਸਾਡੇ ਆ ਕੇ ਖੱਲਰ ਪਾ ਰਿਹਾ ਬਾਰ ਬਾਰ ਸਾਨੂੰ ਬਾਰ ਬਾਰ ਜਿਹੜੀਆਂ ਇਹ ਨਵਾਂ ਨਵਾਂ ਹੋਣੀ ਇਹ ਕਹਿੰਦਾ ਮੈਂ ਵਿਸਾਖੀ ਵੇਲੇ ਅੰਮ੍ਰਿਤ ਛਕਿਆ ਪਾਣਾ ਪਾਇਆ। ਨਵੀਨ ਕੌਰ ਦਾ ਨਵੀਨ ਨਾਂ, ਨਵੀਨ ਕੁਮਾਰ, ਨਵੀਨ ਕੁਮਾਰ ਦਾ ਨਾਂ ਹੈ ਤੇ ਇਹ ਕਿਹੜਾ ਪਿੰਡ ਆ? ਗਗਸੀਨਾ, ਗਗਸੀਨਾ ਕਰਨਾਲ ਦਾ ਰਹਿਣ ਵਾਲਾ। ਠੀਕ ਆ। ਹੁਣ ਇਹੋ ਜਿਹੇ ਬੰਦੇ ਜਿਹੜੇ ਨਿਹੰਗ ਬਾਣੇ ਦੇ ਵਿੱਚ ਆ ਕੇ ਤੇ ਨਿਹੰਗਾਂ ਨੂੰ ਵੀ ਬਦਨਾਮ ਕਰ ਰਹੇ ਆ, ਠੀਕ ਆ, ਤੇ ਨਾਲ ਜਿਹੜਾ ਇਹ ਹੁਣ ਇਹ ਪਤਾ ਕਰ ਕੀ ਰਿਹਾ ਸੀ ਕਰਤੂਤ, ਇਹਨੇ ਇੱਕ ਆਂਡਿਆਂ ਵਾਲਾ ਰੇਹੜੀ ਵਾਲਾ ਜਾ ਰਿਹਾ ਸੀ ਗਰੀਬ ਬੰਦਾ ਲੈ ਕੇ, ਉਹਦੇ ਡਾਂਗਾਂ ਮਾਰੀਆਂ ਮੁਰਗਿਆਂ ਵਾਲੇ ਦੀ। ਉਦੋਂ ਪਹਿਲਾਂ ਆਂਡੇ ਖੋਹਦਾ ਸੀ, ਮੁਰਗੇ ਖੋਹਦਾ ਸੀ, ਮੈਨੂੰ ਦੇਖ ਕੇ ਜਾ ਉਹਨੇ ਜਵਾਬ, ਗਰੀਬ ਬੰਦਾ ਕਿੱਥੋਂ ਦੇਊਗਾ। ਫਿਰ ਉਹਨੇ ਉਹ ਇਸ ਬੰਦੇ ਨੇ ਉਹਦੀ ਰੱਤ ਤੋੜੀ ਆ, ਹੋਰਾਂ ਦੇ ਡਾਂਗਾਂ ਮਾਰੀਆਂ। ਸੋ ਇਹ ਕਰਤੂਤ ਜਿਹੜੀ ਕਰ ਰਹੇ ਆ, ਆ ਬਾਬਾ ਰਾਜਾ ਰਾਜ ਸਿੰਘ ਜੀ ਖੜੇ ਆ, ਬਾਬਾ ਕੁਲਵਿੰਦਰ ਸਿੰਘ ਜੀ ਖੜੇ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ, ਆ ਦੇਖੋ ਸਾਰਾ ਇਹਦਾ ਸਾਰੇ ਸਬੂਤ ਹੈ, ਇਹਦਾ ਆਧਾਰ ਕਾਰਡ ਹੈ, ਇਹਦਾ ਇਹਦਾ ਪੈਨ ਕਾਰਡ ਹੈ, ਆਧਾਰ ਕਾਰਡ ਹੈ, ਹੋਰ ਵੀ ਕਈ ਸਾਰੇ ਦੇ ਸਬੂਤ ਨੇ ਜਿਹੜੇ ਲਈ ਬੰਦੇ ਡਰਾਈਵਿੰਗ ਲਾਇਸੈਂਸ ਹੈ। ਆ ਦੇਖੋ ਵੀ ਹੁਣ ਅਸੀਂ ਇਹਨਾਂ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ ਵੀ ਤੁਹਾਡਾ ਬੜਾ ਯੋਗਦਾਨ ਆ, ਪਹਿਲੇ ਦਿਨ ਤੋਂ ਮੋਰਚੇ ਨਾਲ ਡਟੇ ਹੋਏ ਆ, ਇੱਥੇ ਖੜ੍ਹੇ ਹਾਂ, ਪਰ ਤੁਹਾਡੇ ਬਾਣੇ 'ਚ ਆ ਕੇ ਚਾਹੇ ਉਹ ਅਮਨ ਸਿੰਘ ਆ ਚਾਹੇ ਕੋਈ ਹੋਰ ਆ, ਜਿਹੜੇ ਵੀ ਬੰਦੇ ਇੱਥੇ ਖਰਾਬ ਕਰ ਰਹੇ ਆ ਮੋਰਚੇ ਨੂੰ, ਉਹਨਾਂ ਨੂੰ ਨਖੇੜ ਕੇ ਸਾਹਮਣੇ ਲੈ ਕੇ ਆਓ ਦੁਨੀਆ। ਇਹ ਜਿਹੜੀ ਵੀ ਘਟਨਾ ਵਾਪਰੀ ਆ 15 ਵਾਲੀ, ਉਹ ਪਹਿਲਾਂ ਵੀ ਇਹਨਾਂ ਨਾਲ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ, ਅਸੀਂ ਆਗੂਆਂ ਨਾਲ ਮੀਟਿੰਗ ਕਰ ਚੁੱਕੇ ਹਾਂ ਵੀ ਉਹ ਸਪਸ਼ਟ ਹੋਣੀ ਚਾਹੀਦੀ ਆ, ਦੁੱਧਾਂ ਤੋਂ ਪਾਣੀ ਦਾ ਪਾਣੀ ਹੋਣਾ ਚਾਹੀਦਾ, ਵੀ ਉਹਦੇ ਪਿੱਛੇ ਸਾਜਿਸ਼ ਕੀਹਦੀ ਆ, ਕੌਣ ਕੌਣ ਬੰਦੇ ਸ਼ਾਮਲ ਨੇ। ਹਜੇ ਇੱਕ ਪਾਸੇ ਤੇ 27 ਨੂੰ ਕਿਹਾ ਜਾ ਰਿਹਾ ਕਿ 27 ਨੂੰ ਫੈਸਲਾ ਹੋਏਗਾ ਕਿ ਸਿੰਘਾਂ ਨੇ ਇੱਥੋਂ ਜਾਣਾ ਕਿ ਨਹੀਂ ਜਾਣਾ, ਪਰ ਉਸ ਤੋਂ ਪਹਿਲਾਂ ਦੇ ਘਟਨਾਵਾਂ ਹੋ ਰਹੀਆਂ ਨੇ, ਕੀ ਲੱਗਦਾ ਕਿ ਇਸ ਤੋਂ ਸਾਬਤ ਨਹੀਂ ਹੋਊਗਾ ਕਿ ਇਹਨਾਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ? ਦੇਖੋ ਇਹ ਜੇ ਤਾਂ ਸਾਡੇ 'ਚ ਕੋਈ ਗਲਤੀ ਕਰਦੇ, ਮੈਂ ਬੈਠਾ ਤੇਜਦਰ ਬਾਬਾ ਕੁਲਵਿੰਦਰ ਸਿੰਘ ਜੀ ਨੇ, ਬਾਬਾ ਮਾਨ ਸਿੰਘ ਜੀ ਨੇ, ਜਿਨ੍ਹਾਂ ਉੱਤੇ ਸਾਨੂੰ ਪੂਰਨ ਭਰੋਸਾ, ਸਿੰਘ ਸਾਹਿਬ ਬਾਬਾ ਚੜ੍ਹ ਸਿੰਘ ਜੀ, ਬਾਬਾ ਗੁਰਸੇਵ ਸਿੰਘ, ਬਣੀ ਹੋਏ ਬੈਠੇ, ਸਾਡੇ 'ਚ ਇੱਕ ਵੀ ਕਾਣ ਮਾਣ ਨਿਕਲ ਆਵੇ ਨਾ, ਮੈਂ ਕਹਿੰਦਾ ਮੈਂ ਆਪ ਦੀ ਗਰੰਟੀ ਦਿੰਦਾ, ਮੈਂ ਹੋਰ ਨਹੀਂ, ਮੇਰਾ ਮੈਨੂੰ ਵੱਢ ਕੇ ਨਾ ਮੈਨੂੰ ਫੂਕਿਆ ਨਾ ਜਾਵੇ, ਮੈਨੂੰ ਕੁੱਤਿਆਂ ਨੂੰ ਪਾਇਆ ਜਾਵੇ। ਜੇ ਮੈਂ ਕਿਸਾਨ ਅੰਦੋਲਨ ਨਾਲ ਗੱਦਦਾਰੀ ਕੀਤੀ ਹੋਵੇ ਜਾਂ ਵਿਆਜਬੀ ਦੇ ਮਸਲੇ ਦੇ ਵਿੱਚ ਸਾਡਾ ਕੋਈ ਹੱਥ ਹੋਵੇ, ਪਰ ਇਹੋ ਜਿਹੇ ਚਿਕੜ ਪੁੜਨੇ ਉਹਨੂੰ ਅਸੀਂ ਸਾਹਮਣੇ ਦੁਨੀਆ ਲਿਆਵਾਂਗੇ। ਤੁਹਾਨੂੰ ਪਹਿਲਾਂ ਵੀ ਕਿਹਾ ਸੀ ਛੱਡਣੇ ਕੋਈ ਨਹੀਂ ਹੈਗੇ, ਜੇ ਫੋਟੋਆਂ ਵਾਇਰਲ ਹੋਈਆਂ ਨੇ ਅਮਨ ਦੀਆਂ, ਅਮਨ ਦਾ ਵੀ ਉਹੀ ਹਾਲ ਕਰਾਂਗੇ ਜਿਹੜਾ ਉਹਦਾ ਕੀਤਾ ਸੀ। ਇਸ ਕਰਕੇ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਹੋ ਜਿਹੇ ਸਾਡੇ ਕੁੱਤੇ ਬੰਦੇ ਜਿਹੜੇ ਬਾਣੇ ਪਾ ਕੇ ਸਾਨੂੰ ਬਦਨਾਮ ਕਰ ਰਹੇ ਨੇ, ਉਹ ਕਾਲੀਆਂ ਭੇਡਾਂ ਨੂੰ ਬਾਹਰ ਲਿਆਉਣੀਆਂ ਨੇ। ਕਦੋਂ ਕਦੋਂ ਕਿਹਦੇ ਅਦਾਲਤ 'ਚ ਤੇ ਕਦੋਂ ਇਹ ਆਇਆ, ਇਹਨੂੰ ਪੁੱਛੋ। ਅੱਜ ਵੀ ਇਹ ਬਾਬਾ ਜੀ ਨੇ ਕੋਸ਼ਿਸ਼ ਕੀਤੀ ਇਹਨੂੰ ਫੜਨ, ਦੇਖੋ ਭਾਨੀ ਜੀ ਸ਼ਾਮਲ ਹੋਏ ਨੇ। ਮੈਂ ਜਿਸ ਦਿਨ ਤੇ ਦਾਣਾ ਚਾਲੂ ਹੋਇਆ ਮੈਂ ਉਸ ਦਿਨ ਸੇ ਇੱਥੇ ਆਇਆ ਹੂੰ। ਮੈਨੇ 14 ਅਪ੍ਰੈਲ ਨੂੰ ਵਿਸਾਖੀ ਸੀ, ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ, ਮੇਰੇ ਕੇਸ ਇੰਨੇ ਇੰਨੇ ਤੇ। ਮੈਨੇ ਬਾਬਾ ਮਾਨ ਸਿੰਘ ਦੇ ਗੱਲ ਦੱਸੀ, ਮੈਂ ਬਾਬਾ ਜੀ ਮੇਰੇ ਕੇਸ ਤੋਂ ਇੰਨੇ ਇੰਨੇ ਆ, ਅੰਮ੍ਰਿਤ ਮੇਰੇ ਕੋਲ ਅੰਮ੍ਰਿਤ ਛਕਣਾ ਦਲਬੰਦ ਕੀ ਸੇਵਾ ਪੈਣੀ ਆ। ਬਾਬਾ ਮਾਨ ਸਿੰਘ ਜੀ ਬੋਲਿਆ
चलो कोई नहीं तेरे को दलबंद की सेवा करनी है तो अमृत छक ले तेरे आस्ते आस्ते बढ़ते जाऊंगे मैं कोई बात बादशाह जी बाबा जी गल करने तो मैं छक लेंगे बाबे केड़े दल दे विच शामिल होए तुसी मैं पंज प्यारे हिम्मत सिंह चमकौर साहब मौजूदा जत्थेदार बापू गुणदान सिंह मेरे च रले वक्त जिथे बाबा ने अंग सिंह अमर सिंह दल दे विच शामिल होए बाबा अमन ने दल बंद पंज प्यारे हिम्मत सिंह चमकौर साहब सच जी तुसी अमन दे दल दे विच शामिल होए हो जदों तुसी तुहाडी किसी नाल लड़ाई हुई है तुसी अमन नु दस्सिया जाके नहीं मैंने अमन को क्यों नहीं क्यों नहीं दसिया उसको मैंने ये गल जितने दो घोड़े बंद रहे निकाला ली एक बड़ा ला ली वो उत्थे बीड़ी पींदा सी मैंने उसको ये बोला मगर मेरे इत्थे बीड़ी इत्थे दस गवाह है वो कह रहे कोई बीड़ी नहीं सी पी रहा मैंने उसको ये बोला मगर मेरे इत्थे बीड़ी ना पी झूठ बोल रहा है झूठ बोल की कर रहे थे अगर बाबा जी अगर जल्दी आके आ जाओ जो लोग लोग जा रहे थे उसके ला तोड़ी आपने तोड़ी है मैंने क्यों तोड़ी की कारण है क्यों तोड़ी आपको पता नहीं है क्या बदनाम कर रहे हैं आप उसको ये बोला आगे वाले तू बेइज्जती कर बता दो मैंने कुछ नहीं की देखा भाई ये उन्होंने ओके मुर्गे वाले ने ये कहंदा भी मैंने मुर्गा दे जी उन्होंने कहा भी मैं मुर्गा मैं दे नहीं सकता क्योंकि मेरी मेहनत से कमाई है मैंने आके पूरा करने पाई है तो ये बोला मैं तेरे टांग फेर दंगा मैं बोला मैं ना फेरी कुछ नहीं तेन फिर बंदे की टांग तोड़ दी फिर मैं बोला क्यों मार के कहां भाग रहे तो मैं बाबा ने लो बुला के ये कह रहा जिन मर्जी ने बुला लिया बाबा जी रोज एहजी घटना कर दिया रोज किसी का ट्रैक्टर खोलिया किसी गरीब रेहड़ी वाले कुटता किसी के घरे वड़ के उत्थे बुढ़िया नु धमकाता रोज का काम राम सिंह राणा जिहड़ा गोल्डन हट वाला ओहदे ड्राइवर नूं कुट्टिया गया ओहदी गड्डी भन्नी गई आ बाबा राजा राज सिंह खड़ा इन्हां ने फिर इही बंदे इन्हां ने जिहड़े इस दल दे बंदे ने इह लगातार जिद्दे दे इत्थे आए बैठे ने सरकार नाल रल के शासन कर रहे ने असीं इतनी सिंह जथेबंदियां दा नहीं होर भी उन्होंने उन्होंने भी कहने इहदी पड़ताल करके इत्थे बंदे कढ़े जाण तुहानूं भी इह बदनाम कर रहे आ ते मोर्चे नूं भी खतम करन दी गल हो रही है बहुत माड़ी गल है संघर्ष चलता पे बाबा राज सिंह राजे इतने सत जथेबंदियां ने गसिंगा दियां अमनदीप सिंह बाबा मान सिंह की जथेबंदी का निहंग सिंह ये कोई मुखी नहीं किसी जथेबंदी का उन्हों का सेवादार है पिछले हजूर साहब गए हुए ये बाबा मान सिंह चाहिए जेड़ा इतने असं जिन्हें पुराने बंदे रखे आ जेड़े असं पंजाब तो लैके आए हैं साढ़े उही पुराने निहंग सिंह घोड़े सेवा करते हैं असं होर नहीं वड़न देते जे उन्होंने वाड़ते नवे बंद इन्हों की गलती है तुम ये एड्रैस देखो हाथ से ओम पाया हुआ इन्हें हर चीज असि देखते हैं परिवार देखते हैं केस देखते हैं किन्ने गुरसिखी जो है ਇਹ ਤਾਂ ਦੇਖੋ ਬਾਲ ਤੇ ਕਹਿੰਦਾ ਰੱਖੇ 2 ਮਹੀਨੇ ਬਿਲਕੁਲ ਮੋੜ ਬਾਣੀ ਨਹੀਂ ਦੇਖਦੇ ਪਹਿਲਾਂ ਬਾਣੀ ਉਹ ਪੜ ਸਕਦਾ ਕਿ ਨਹੀਂ ਬਾਣੀ ਤੁਸੀਂ ਬਾਣੀ ਦੇਖ ਲਓ ਉਹਨੂੰ ਪਤਾ ਹੀ ਨਹੀਂ ਕਿਸ ਚੀਜ਼ ਬਾਰੇ ਫਿਰ ਅੰਮ੍ਰਿਤ ਕਿਵੇਂ ਛਕਾਇਆ ਗਿਆ ਇਹਨੂੰ ਇਹ ਤੇ ਬਾਬਾ ਮਾਨ ਸਿੰਘ ਜ਼ਿੰਮੇਵਾਰ ਹੈ ਨਾ ਜੇ ਅਮਨਦੀਪ ਸਿੰਘ ਦੀ ਦੇਖੋ ਜਿਹੜਾ ਮੁੱਦਾ ਚੱਲਦਾ ਪਿਆ ਮੰਤਰੀ ਵਾਲਾ ਜੀ ਰਿਸ਼ੀ ਮੰਤਰੀ ਕੋ ਗਿਆ ਇਹ ਅਮਨਦੀਪ ਸਿੰਘ ਹੈ ਬਾਕੀ ਤੇ 6 ਜਥੇਬੰਦੀਆਂ ਨੇ ਗਾ ਸਿੰਘਾ ਦੀਆ ਉਹਨਾਂ ਦੀ ਇੱਕ ਵੀ ਕੋਈ ਫੋਟੋ ਵਾਇਰਲ ਕਰੇ ਬਾਬਾ ਮਾਨ ਸਿੰਘ ਨੂੰ ਇਸ ਬਾਰੇ ਕੋਈ ਜਾਣਕਾਰੀ ਹੈਗੀ ਆ ਬਾਬਾ ਜੀ ਆ ਸੁਣੋ ਹੌਲਦਾਰ ਦੀ ਗੱਲ ਹੌਲਦਾਰ ਜਿਹੜੀਆਂ ਨੇ ਅੰਗ ਸਿੰਘ ਜਥੇਬੰਦੀਆਂ ਨੇ ਬਾਬਾ ਮਾਨ ਸਿੰਘ ਜੀ ਵੀ ਇੱਥੇ ਸ਼ੱਕ ਮੌਜੂਦ ਨਹੀਂ ਪਰ ਉਹਨਾਂ ਦੀ ਮੈਂ ਪ੍ਰੋੜਤਾ ਕਰਦਾ ਬਾਬਾ ਗੁਰਸੇਵਕ ਸਿੰਘ ਜੀ ਬਾਬਾ ਨੈਣ ਸਿੰਘ ਜੀ ਜੇਲ੍ਹ 'ਚ ਨੇ ਉਹਨਾਂ ਦਾ ਜਥੇਦਾਰ ਖੜਾ ਬਾਬਾ ਧਰਮ ਸਿੰਘ ਜੀ ਤੇ ਬਾਬਾ ਗੁਰਸੇਵਕ ਸਿੰਘ ਜੀ ਬਾਬਾ ਇਹ ਖੜੇ ਨੇ ਅਸੀਂ ਐਲਾਨ ਕਰਦੇ ਹਾਂ ਕਿ ਅੱਜ ਤੋਂ ਬਾਅਦ ਸਾਡਾ ਅਮਰ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ ਜੋ ਕੁਛ ਕੀਤਾ ਉਹ ਤੋਂ ਪੁੱਛ ਪੜਤਾਲ ਕਰੀ ਜਾਵੇ ਉਹਨੂੰ ਪੁਲਿਸ ਚੱਕ ਉਹਦੇ ਡਾਂਗਾ ਮਾਰ ਮਾਰ ਉਹਦੇ ਗੁਲਾਬੇ ਕੀ ਫੋਟੋ ਨਾਲ ਲੈਣ ਦੇਣਾ ਨਾ ਉਹਨੇ ਬਾਬਾ ਮਾਨ ਸਿੰਘ ਨੂੰ ਦੱਸਿਆ ਮੈਂ ਉੱਥੇ ਬੀਜੇਪੀ ਨੂੰ ਮਿਲਣ ਚੱਲਿਆ ਨਾ ਸਾਨੂੰ ਕਿਸੇ ਨੂੰ ਦੱਸਿਆ ਇਹ ਜੋ ਕੁਛ ਬੋਲਦਾ ਸਭ ਝੂਠ ਬੋਲ ਰਿਹਾ ਇਹਦੀ ਇਨਸਪਾਇਰੀ ਕਰਨੀ ਚਾਹੀਦੀ ਆ ਠੀਕ ਆ ਨਾ ਅਸੀਂ ਬਿਲਕੁਲ ਨਾਲਾ ਅਸੀਂ ਸਾਫ਼ ਸੁਥਰੇ ਬੰਦੇ ਹਾਂ ਅਤੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਜੇ ਸਾਡੇ 'ਚ ਏਮ ਕੀਮ ਕੋਈ ਨਿਕਲ ਆਈ ਪਰੂਫ ਵਿਦ ਪਰੂਫ ਸਾਡੇ ਸਾਹਮਣੇ ਕਰੋ ਮੋਰਚੇ ਨੂੰ ਬਦਨਾਮ ਕਰਨ ਵਾਸਤੇ ਜਾਂ ਮੋਰਚੇ ਨੂੰ ਢਾਹ ਲਾਉਣ ਵਾਸਤੇ ਜਾਂ ਮੋਰਚੇ ਨੂੰ ਖੇਡਣ ਵਾਸਤੇ ਜਾਂ ਬੀਜੇਪੀ ਨਾਲ ਕੋਈ ਸਾਜ਼ਿਸ਼ ਸਾਡੀ ਨਿਕਲੇ ਬਾਬਾ ਜੀ ਖੜ੍ਹੇ ਨੇ ਜ਼ਿੰਮੇਵਾਰੀ ਲੈਂਦੇ ਅਸੀਂ ਜਾਂ ਬੇਅਦਬੀ ਦੇ ਮਾਮਲੇ ਦੇ ਵਿੱਚ ਅਸੀਂ ਗਲਤ ਕੋਈ ਐਕਸ਼ਨ ਲਿਆ ਹੋਵੇ ਮੈਂ ਕਿਹਾ ਸਾਨੂੰ ਕੁੱਤਿਆਂ ਨੂੰ ਵੱਢ ਕੇ ਪਾ ਦਿਓ ਹੋਰ ਕੁਛ ਨਾ ਕਰਿਓ
ਲਿਖੇ ਦੇਣ ਨੂੰ ਤਿਆਰ ਆ ਸੀ। ਤੁਸੀਂ ਦੇਖਿਆ ਕਿ ਜਦੋਂ ਲਖਬੀਰ ਦੋਸ਼ੀ ਫੜਿਆ ਗਿਆ ਤਾਂ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਚ ਉਹਨਾਂ ਨੇ ਹੋਰ ਵੀ ਕਈ ਲੋਕਾਂ ਦਾ ਨਾਮ ਲਿਆ ਕਿ 30,000 ਰੁਪਏ ਦੇ ਕੇ ਸਾਨੂੰ ਛੱਡਿਆ ਹੋਇਆ ਤਾਂ ਕੀ ਲੱਗਦਾ ਕਿ ਇਦਾਂ ਦੇ ਵਿੱਚ ਹੋਰ ਸ਼ਾਮਿਲ ਨਹੀਂ ਹੈ ਇਹ ਵੀ ਹੋ ਸਕਦਾ। ਇੱਕ ਮੈਂ ਹੁਣ ਸੁਣਿਆ ਵੀ ਇੱਥੇ ਲਖਨੌਰ ਦੇ ਕੋਲੇ ਬੇਅਦਬੀ ਹੋਈ ਆ ਅੱਜ ਵੀ ਸੁਣਿਆ ਜਦੋਂ ਸਾਨੂੰ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਸਿੱਖ ਨੇ ਸਾਡੇ ਮੈਂ ਇਹਨਾਂ ਨੂੰ ਸਪੈਸ਼ਲ ਬੇਨਤੀ ਕਰਨਾ ਹੱਥ ਬੰਨ ਕੇ ਜਦੋਂ ਉਹ ਬੇਅਦਬੀ ਵਾਲਾ ਬੰਦਾ ਦੋਸ਼ੀ ਫੜਿਆ ਵੀਡੀਓ ਵਾਇਰਲ ਹੋ ਗਿਆ ਉਹ ਦੱਸ ਰਿਹਾ ਵੀ ਸਾਡੇ ਨਾਲ 20 ਬੰਦੇ ਹੋਰ ਨੇ ਉਹ ਗਾਹਾਂ ਖਬਰ ਹੋਰ ਕਿੰਨੇ ਹੋਣਗੇ ਜਿੰਨੇ ਉਹਨੂੰ ਪਤਾ ਸੀ ਉਹਨੇ ਦੱਸ 20 ਬੰਦੇ ਹੋਰ ਨੇ ਤੇ ਅਸੀਂ 20-30,000 ਰੁਪਇਆ ਲਿਆ ਤੇ ਖਬਰ ਹੁਣ ਉਹ ਕਿੱਥੇ ਕਿੱਥੇ ਉਹੀ ਕਹਿਣਾ ਵੀ ਕਿੱਥੇ ਕਿੱਥੇ ਪਲਾਂਟ ਕਰੇ ਉਹਨੇ ਹੁਣ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਸਤਰਕ ਹੋ ਜਾਓ ਭਾਈ ਬਹੁਤ ਵੱਡੀ ਸਾਜਿਸ਼ ਆ ਇੱਕ ਮੋਰਚੇ ਨੂੰ ਢਾ ਲਾਉਣ ਵਾਸਤੇ ਇੱਕ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਲੋਕਾਂ ਨੂੰ ਭੜਕਾਉਣ ਵਾਸਤੇ ਇਹ ਸਰਕਾਰ ਕਰਾ ਰਹੀ ਆ ਲਖੀਮਪੁਰ ਕੋਈ ਸੀ ਦਾ ਮਸਲਾ ਉਹਦੇ ਉੱਤੇ ਵੀ ਇਹ ਇੱਧਰ ਇੱਧਰ ਆ ਜਾਣਾ ਸਾਰਾ ਮਸਲਾ ਇੱਧਰ ਆ ਜੇ ਇਹ ਸਾਰਾ ਹੋ ਰਿਹਾ ਕੰਮ ਇੱਕ ਦਾਲ ਆ ਉਹਦੇ ਕੋਲ 4-5 ਸਿੰਘ ਨੇ ਉਹਨਾਂ ਦੇ ਕੋਲ ਬੰਦੇ ਘੱਟ ਨੇ ਉਹਨਾਂ ਨੂੰ ਸੇਵਾ ਵਾਸਤੇ ਬੰਦੇ ਵੱਧ ਚਾਹੀਦੇ ਨੇ ਉਹਨਾਂ ਨੂੰ ਘੋੜਿਆਂ ਦੇ ਉਹ ਦੂਏ ਬੰਦੇ ਜਿਹੜੇ ਵੀ ਆਉਂਦੇ ਨੇ ਸੇਵਾ ਕਰਨ ਵਾਲੇ ਉਹ ਜਦੋਂ ਇਹਨਾਂ ਨਾਲ ਲਾ ਦਿੰਦੇ ਬਿਨਾਂ ਕੁਝ ਦੇਖੇ ਐਕਸ਼ਨ ਪਲਾਨ ਕੀ ਹੋਊਗਾ ਕੀ ਦੇਖੋ ਮੈਂ ਕਹਿਣਾ ਵੀ ਅਸੀਂ ਸਾਰੇ ਜਥੇਦਾਰਾਂ ਨੂੰ ਇਹ ਬੇਨਤੀ ਕਰ ਰਹੇ ਹਾਂ ਵੀ ਨਵਾਂ ਬੰਦਾ ਨਾ ਰਲਾਇਆ ਜਾਵੇ ਜਿਹਦੇ ਉੱਤੇ ਤੁਹਾਨੂੰ ਤਸੱਲੀ ਆ ਜਿਹੜਾ ਉਹ ਰਲਾਇਆ ਜਾਵੇ ਜੇ ਕਿਸੇ ਜਥੇਦਾਰ ਦਾ ਕੋਈ ਬੰਦਾ ਗਲਤ ਐਕਸ਼ਨ ਕਰਦਾ ਪਾਇਆ ਗਿਆ ਉਹਨੂੰ ਵਿਦਆਊਟ ਇੱਥੋਂ ਮੋਰਚੇ ਤੋਂ ਬਾਹਰ ਕੀਤਾ ਜਾਓ ਕੁਛ ਨਹੀਂ ਸਾਡੇ ਲੈਣ ਦੇਣ ਕੋਈ ਇਨਵੈਸਟ ਨਹੀਂ ਅਸੀਂ ਆਪਣੀ ਜ਼ਿੰਮੇਦਾਰੀ ਸਹਿਜ ਸਕਦੇ ਹਾਂ ਬਾਕੀ ਆਪੋ ਆਪਣੇ ਜ਼ਿੰਮੇਦਾਰ ਬਾਬਾ ਜੀ ਦੇਣਗੇ ਕਰੋ ਬਾਬਾ ਜਾਣਾ ਕਰੋ ਬਸ ਨੂੰ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੇ ਅਮਰ ਸਿੰਘ ਦੇ ਦਲ ਦਾ ਬੰਦਾ ਹੈ ਉਹਦੇ ਕੋਲ ਰਹਿ ਰਿਹਾ ਜਿਹੜੇ ਵੀ ਦਲ ਦੇ ਵਿੱਚ ਕੋਈ ਬੰਦਾ ਰਹੇਗਾ ਉਹ ਜਥੇਦਾਰ ਨੂੰ ਆਪ ਜ਼ਿੰਮੇਵਾਰੀ ਲੈਣੀ ਪਏਗੀ ਤੇ ਜਿਹੜਾ ਬੰਦਾ ਸਾਡੇ 'ਚੋਂ ਗਲਤ ਪਾਇਆ ਜਾਂਦਾ ਹੈ ਉਹ ਬਿਨਾਂ ਪੁੱਛੇ ਤੋਂ ਆਪਣੇ ਘੋੜੇ ਲੈ ਕੇ ਅਤੇ ਆਪਣੇ ਜਿੱਥੇ ਮਰਜ਼ੀ ਜਾਵੇ। ਜੇ ਅਮਨਦੀਪ ਸਿੰਘ ਦੋਸ਼ੀ ਬਣਦਾ ਹੈ ਇੱਕ ਦੋ ਦਿਨ 'ਚ ਅਸੀਂ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਾਂਗੇ ਲੱਖਾ ਬਾਈ ਆ ਬਾਬਾ ਜੀ ਸਾਰੇ ਸਾਰਾ ਕੁਛ ਸ਼ਾਮ ਨੂੰ ਕਲੀਅਰ ਕੀਤਾ ਜਾਏਗਾ ਵੀ ਜੇ ਅਮਰਦੀਪ ਸਿੰਘ ਦੋਸ਼ੀ ਆ ਬਾਬਾ ਮਾਨ ਸਿੰਘ ਉਹਨੂੰ ਸੰਗਲ ਲਾ ਕੇ ਬੰਨ ਕੇ ਜੋ ਸਜ਼ਾ ਦੇਵੇ ਬਾਬਾ ਮਾਨ ਸਿੰਘ ਦਾ ਹੱਕ ਮੰਨਦਾ ਕਿਉਂਕਿ ਉਹਦੇ ਜਥੇਬੰਦੀ ਦਾ ਉਹ ਸੇਵਾਦਾਰ ਹੈ ਘੋੜਿਆਂ ਦਾ ਉਹਨਾਂ ਦਾ ਤੁਹਾਡੀ ਬਾਬਾ ਮਾਨ ਸਿੰਘ ਨਾਲ ਵਿਚਾਰ ਚਰਚਾ ਹੋਈ ਹੈ ਬਾਬਾ ਮਾਨ ਸਿੰਘ ਜੀ ਉਹਨਾਂ ਸੇਵਾਦਾਰ ਨੂੰ ਪੁੱਛਿਆ ਵੀ ਉਹ ਕੱਲ੍ਹ ਸ਼ਾਮ ਤੱਕ ਆ ਜਾਣਗੇ ਕਿਉਂਕਿ ਜਿਹੜੇ ਸਾਡੀਆਂ 6 ਜਥੇਬੰਦੀ ਹੈ ਅਸੀਂ 6 ਜਥੇਬੰਦੀ ਦੀ ਆਪਣੀ ਜ਼ਿੰਮੇਵਾਰੀ ਚੱਕਦੇ ਹਾਂ ਹਰ ਬੰਦਾ ਆਪੋ ਆਪਣੀ ਜ਼ਿੰਮੇਵਾਰੀ ਚੱਕਦਾ ਇਸ ਕਰਕੇ ਸਾਡਾ ਅਮਨਦੀਪ ਸਿੰਘ ਨਾਲ ਜੇ ਦੇਖੋ ਬਾਬਾ ਰਾਜ ਸਿੰਘ ਜੀ ਅਸੀਂ ਸਾਡੀ ਕੋਈ ਵੀਡੀਓ ਵਾਇਰਲ ਕਰੋ ਸਾਡੀ ਕਿਸੇ ਮੰਤਰੀ ਨਾਲ 11 ਮਹੀਨੇ ਦੀ ਫਿਰ ਤੁਸੀਂ ਸਾਡੇ ਤੇ ਕੋਈ ਟੈਕ ਲਾਇਓ ਜਿਹੜਾ ਬੰਦਾ ਗਿਆ ਹੈ ਉਹ ਜ਼ਿੰਮੇਵਾਰੀ ਚੱਕੇ ਜਿਵੇਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਮੀਟਿੰਗ ਕਰਦੀਆਂ ਜੇ ਉਹਨਾਂ ਦੇ ਵਿੱਚੋਂ ਜੋ ਉਹਨਾਂ ਦੀ ਇੱਕ ਰੂਲ ਬਣਾਏ ਹੋਏ ਨੇ ਜਿਹਨਾਂ ਤੋਂ ਕੋਈ ਵੱਖਰਾ ਹੋ ਕੇ ਚੱਲਦਾ ਉਹ ਸਸਪੈਂਡ ਕਰ ਦਿੰਦੇ ਨੇ ਇਹਨਾਂ ਵਾਸਤੇ ਕਿ ਜਥੇਬੰਦੀ ਜਿਹੜਾ ਸਾਡੇ ਦੀ ਗਲਤ ਪਾਇਆ ਨਾ ਲੁਕੀਆਂ ਭੇਡਾਂ ਨੇ ਤੁਹਾਡੇ ਚ ਉਹਨਾਂ ਨੂੰ ਵੀ ਕੱਢੋ ਵਾਸਤੇ ਇਹ ਗੁਜ਼ਾਰਸ ਕਰਦੇ ਆਂ ਅਸੀਂ ਵੀ ਇਹ ਗੱਲ ਕਰਦੇ ਜੇ ਅਮਨਦੀਪ ਸਿੰਘ ਗਲਤ ਪਾਇਆ ਜਾਂਦਾ ਅਸੀਂ ਜੁੱਤੀਆਂ ਮਾਰ ਕੇ ਸੰਘਰਸ਼ ਚੋਂ ਬਾਹਰ ਕੱਢਾਂਗੇ ਸਾਡੇ ਘੋੜੇ ਉਹਦੇ ਉਹ ਨੁਕਸਾਨ ਮੋਰਚੇ ਦਾ ਵੀ ਕਰੂ ਤਾਂ ਤੁਹਾਡੋਂ ਵੀ ਤੁਹਾਡੇ ਤੇ ਵੀ ਦਾਗ ਲਾ ਕੇ ਜਾਊਗਾ ਅਸੀਂ ਤਾਂ ਇਹ ਕਹਿੰਦੇ ਵੀ ਉਹ ਵੀ ਬੰਦੇ ਭਜਾਏ ਜਾਣ ਜਿਹੜੇ ਹੁਣ ਗੱਲ ਇੱਥੇ ਇਹ ਵੀ ਸਵਾਲ ਖੜਾ ਹੁੰਦਾ ਵੀ ਪਿੰਕੀ ਕੈਟ ਵਰਗਿਆਂ ਨਾਲ ਇੱਥੋਂ ਜਾ ਕੇ ਮਿਲਣਾ ਇਹ ਤੁਹਾਡੇ ਦੇ ਸਵਾਲ ਖੜੇ ਹੋ ਤੁਹਾਡੇ ਨਾਲ ਦੇ ਉਹ ਸਹਿਯੋਗੀ ਦਲ ਨੇ ਤੁਸੀਂ ਉਹਨਾਂ ਦੇ ਨਾਲ ਗੱਲ ਕਰਕੇ ਬਾਬਾ ਮਾਨ ਸਿੰਘ ਨਾਲ ਵੀ ਭਾਈ ਦੱਸੋ ਕਿਸੇ ਨੂੰ ਭਰੋਸੇ 'ਚ ਲਿਆ ਗਿਆ ਤੁਸੀਂ 8 ਜਥੇਬੰਦੀਆਂ ਇੱਥੇ ਬੈਠੀਆਂ ਕਿਸੇ 8 ਨੂੰ ਪੁੱਛਿਆ ਗਿਆ ਵੀ ਭਾਈ ਅਸੀਂ ਜਾ ਰਹੇ ਹਾਂ ਸਰਕਾਰ ਨਾਲ ਕਿਹੜੀ ਕਈ ਗੱਲਬਾਤ ਕਰਨ ਜਾ ਰਹੇ ਹਾਂ ਇਹ ਬਹੁਤ ਵੱਡਾ ਸਰਕਾਰ ਦੀ ਸਾਜ਼ਿਸ਼ ਆਪਾਂ ਸਮਝਦੇ ਹਾਂ ਆ ਸਾਰਾ ਜਿਹੜਾ ਬੇਅਦਬੀ ਵਾਲੀ ਘਟਨਾ ਇਹ ਵੀ ਸਾਹਮਣੇ ਲੈ ਕੇ ਆਓ ਸਾਰਾ ਮਸਲਾ। ਦੇਖੋ ਮੈਂ ਤੁਹਾਨੂੰ ਬਾਈ ਲੱਖਣੇ ਕਹਿ ਦਿੱਤਾ ਮੈਂ ਫਿਰ ਦੁਬਾਰਾ ਸਪਸ਼ਟ ਕਰਨਾ ਸਾਡਾ ਅਮਨ ਸਿੰਘ ਦੇ ਨਾਲ ਕੋਈ ਸੰਬੰਧ ਨਹੀਂ ਹੈ ਨਾ ਅਸੀਂ ਰੱਖਣਾ ਚਾਹੁੰਦੇ ਹਾਂ ਉਹਦੇ ਨਾਲ ਹੁਣ ਬਿਲਟੋਟੇ ਨੂੰ ਵੀ ਇਸ ਮੋਰਚੇ 'ਚ ਉੱਠ ਕੇ ਚਲਿਆ ਜਾਵੇ ਜਾਂ ਜਿਹੜੇ ਉੱਤੇ ਸਿੱਧਾ ਹੋ ਕੇ ਜ ਬੰਦੇ ਦਾ ਪੁੱਤ ਬਣ ਕੇ ਆ ਨਾ ਉਹ ਜਵਾਬ ਦੇ ਦੇ ਮੈਂ ਮਹੀਨੇ ਨੂੰ ਦਊਂਗਾ ਫਲਾਣੇ ਢਿਮਕੜੇ ਨੂੰ ਦੇਊਂਗਾ ਕਿਉਂ ਮਹੀਨੇ ਨੂੰ ਕੀ ਉਹਦੇ ਕੋਲ ਉੱਥੇ ਉਹ ਕੀ ਕਰ ਦੂਗਾ ਉਹ ਜੇ ਮੈਂ ਸੱਚਾ ਮੈਂ ਹੁਣ ਤੁਰਤੀ ਮੇਥੋਂ ਜਾ ਜਿਹੜੀ ਗੱਲ ਮਰਜੀ ਮਰਜੀ ਹੋਰ ਦੇਖਿਓ ਹੋਰ ਦੇਖਿਓ ਇਹਦੇ ਖਾਤੇ ਜਿਹਨੂੰ ਪੁੱਛੋ ਤੇਰੇ ਖਾਤੇ 'ਚ ਪੈਸੇ ਕਿੱਥੋਂ ਆਏ ਆ ਖਾਸ ਸਾਡੇ ਵਾਲੇ ਜੀ ਤੇਰੇ ਆਹ ਦੇਖ ਨਾ ਰਸੀਦਾਂ ਨੇ ਉਹ ਦਿਖਾ ਦਹਾਈ ਬਾਈ ਇਹਦੇ ਪੈਸੇ ਆਏ ਨੇ ਜੋ ਵੀ
व्हाट्सएप पे आया। कैसी आई फिर? मैं एक दिन देखो लेते, मेरा कोई नहीं पता कि किस डेट के वाले। अच्छा तुम्हारे पास पैसे आए तो पुलिस प्रशासन पूछताछ करेगी। पुलिस प्रशासन तारीख देखनी भाई, केड़ी तारीख नु आए ने? थोड़े नौ दे पहले देख लो, चेक करके। हां देख लो किस डेट ने बाबा जी। अमन देव बाबा अस्पताल आ शामो जी अपना बंदा। अमनदीप सिंह जी की कहना चाहोगे? ਤੁਸੀਂ ਦੇਖ ਸਕਦੇ ਫੇਰ ਇੱਕ ਘਟਨਾ ਹੋਈ ਹੈਗੀ। ਬਿਲਕੁਲ ਅਸੀਂ ਬਿਲਕੁਲ ਸਾਰੇ ਅਸੀਂ ਉਹ ਬਿਆਨ ਪੜ ਕੇ ਬਾਬਾ ਕੁਲਵਿੰਦਰ ਸਿੰਘ ਦਾ ਬਾਹਰ ਆਏ ਹਾਂ। ਸਿੰਗਰ ਸੀ ਸਾਨੂੰ ਵਾਲੇ ਕਿਸੇ ਗੱਲ ਦਾ ਨਹੀਂ ਪਤਾ। ਸਿੰਘ ਨੇ ਜਾ ਕੇ ਦੱਸਿਆ ਵੀ ਉਹ ਕਿਤੇ ਸਿੰਘ ਦੀ ਲੱਤ ਤੋੜ ਗਈ। ਇੱਕ ਗੱਲ ਧਿਆਨ ਰੱਖੋ, ਕੋਈ ਹੋ ਗਿਆ ਬਾਣੇ ਵਿੱਚ ਆ ਭਾਵੇਂ ਸਾਡਾ ਕਰ ਜੋ ਇੱਕ ਮਿੰਟ ਗੱਲ ਚੱਲਦੀ ਆ ਜੀ। ਉਹਦਾ ਲਾਤਾ ਉਹਨੂੰ ਬਣ ਦੀ ਸਜ਼ਾ ਦਿੱਤੀ, ਪਰ ਅਸੀਂ ਕਿਸੇ ਸਿੰਘ ਨੂੰ ਨਹੀਂ ਕਿਹਾ ਵੀ ਇਹਦੀ ਲੱਤ ਤੋੜ ਦੋ ਜਾਂ ਕਿਸੇ ਨਾਲ ਧੱਕਾ। ਜਦੋਂ ਸ਼ਾਮਿਲ ਕਰਦੇ ਹੋ ਤਾਂ ਕਿਉਂ ਨਹੀਂ ਦੇਖਿਆ ਜਾਂਦਾ ਪਹਿਲਾਂ? ਸਾਰੇ ਇੱਥੇ ਇੱਕੋ ਜਿਹੇ ਨਹੀਂ ਹੁੰਦੇ, ਇੱਕੋ ਜਿਹੇ ਨਹੀਂ ਹੁੰਦੇ ਸਾਰੇ। ਪਹਿਲਾਂ ਕੱਲ ਅਸੀਂ ਪਹਿਲਾਂ ਕੱਲ ਸਾਰਾ ਆਓ ਦੇਖੋ ਦਿੱਤਾ ਤੇ ਅੱਜ ਵੇਖੋ, ਅੱਜ ਇੱਕ ਅੱਜ ਫੇਰ ਬਾਬਾ ਅਮਰ ਸਿੰਘ ਦੀ ਇਹ ਸਹਿਜ ਦਾ ਧਿਆਨ ਕੀਤਾ ਜਾਵੇ। ਮੈਂ ਕੱਲ ਡੀ ਐਸ ਪੀ ਨੂੰ ਵੀ ਕਲੀਅਰ ਕਰਿਆ ਸੀ ਇਹ ਸਿੰਘ ਆਉਣਾ, ਇਹਨੂੰ ਕਿਹਨੇ ਕਿਹਾ ਇਹਨੂੰ ਪੁੱਛਿਆ ਸਾਰਾ ਕੋਈ ਵੀ ਨਿਹੰਗ ਸਿੰਘ ਭਾਵੇਂ ਮੇਰੀ ਜਥੇਬੰਦੀ ਦਾ ਕਿਸੇ ਵੀ ਜਥੇਬੰਦੀ ਦਾ ਉਹਨੂੰ ਬਣਦੀ ਸਜ਼ਾ ਜੋ ਵੀ ਇੱਥੇ ਸਾਰੀ ਜਥੇਬੰਦੀਆਂ ਨੂੰ ਮਿਲੂਗੀ। ਬਾਬਾ ਅਮਰ ਸਿੰਘ ਜੀ ਉਹ ਮੰਨਦੇ ਅਸੀਂ, ਪਰ ਇਹ ਦੱਸੋ ਕਿ ਜਦੋਂ ਕਿਸੇ ਨੂੰ ਦਲ ਦੇ ਵਿੱਚ ਸ਼ਾਮਿਲ ਕਰਦੇ ਹੋ ਉਹਨਾਂ ਨੂੰ ਕਿਵੇਂ ਬਾਣੀ ਦੇ ਨਾਲ ਜੋੜਦੇ ਹੋ? ਬਾਣੀ ਦੇ ਨਾਲ ਜੋੜਦੇ ਹੋ ਸਿੱਧਾ ਹੀ ਕਿ ਆਓ ਭਾਈ ਘੋੜੇ ਦੀ ਸੇਵਾ ਕਰ ਲਓ, ਭਾਈ ਪ੍ਰਸ਼ਾਦੇ ਦੀ ਸੇਵਾ ਕਰ ਲਓ? ਰੂਲ ਕੀ ਰੱਖਦੇ ਨਿਯਮ ਨੇ ਉਹ ਸਿਖਾਏ ਜਾਂਦੇ ਨੇ? ਦੇਖੋ ਬਿਲਕੁਲ ਸਾਰੀ ਗੱਲ ਕਲੀਅਰ ਹੈ। ਜਦੋਂ ਵੀ ਕੋਈ ਇੱਥੇ ਆਉਂਦਾ ਦਲ ਪੰਥ ਦੇ ਵਿੱਚ ਨਾ, ਬਾਬਾ ਮਾਨ ਸਿੰਘ ਲੱਗਣ ਤੇ ਲੱਗੇ ਇਹਨੂੰ ਜਦੋਂ ਵੀ ਕੋਈ ਦਲ ਪੰਥ ਚਾਹੁੰਦਾ ਨਾ, ਇਹ ਕਿੱਥੇ ਆ ਕੇ ਸਜੇ ਨੇ? ਉਰੇ ਆ ਕੇ ਸਜੇ ਨੇ ਸਾਰੇ, ਇਸ ਦਿੱਲੀ ਮੋਰਚੇ ਤੇ ਆ ਕੇ ਸਜੇ ਅੰਮ੍ਰਿਤਧਾਰੀ। ਉਸ ਤੋਂ ਬਾਅਦ ਫਿਰ ਘੋੜਿਆਂ ਦੀ ਸੇਵਾ ਕਰਦੇ, ਘੋੜਿਆਂ ਦੀ ਸੇਵਾ ਕਰਦੇ ਕਰਦੇ ਲੰਗਰਾਂ ਦੀ ਲਾ ਕੇ ਸੇਵਾ ਕਰਨ, ਇਹ ਇੱਥੇ ਕਰਦੇ ਆ। ਪਰ ਇਹਨਾਂ ਨੂੰ ਖੁਦ ਆਪਣਾ ਜੀਵਨ ਦੇਖਣਾ ਚਾਹੀਦਾ ਵੀ ਜੇ ਸਾਨੂੰ ਸਾਡੇ ਕੋਲ ਕਿੰਨੇ, ਪਹਿਲਾਂ ਪੂਰਾ ਬਚਨ ਸੁਣ ਲਓ ਆਪ। ਜੇ ਉਰੇ ਦਲ ਪੰਥ 'ਚ ਭਰਤੀ ਹੋਇਆ ਤਾਂ ਦਲ ਪੰਥ ਕਿਸੇ ਨੂੰ ਇਹ ਸੋਝ ਹੀ ਨਹੀਂ ਦਿੰਦਾ ਵੀ ਕਿਸੇ ਦੀ ਲੱਤ ਤੋੜ ਦਿਓ। ਦਲ ਪੰਥ ਇਹ ਨਹੀਂ ਕਹਿੰਦਾ ਵੀ ਕਿਸੇ ਦੀ ਬਿਨਾਂ ਗੱਲ ਤੋਂ ਕਿਸੇ ਦੀ ਲੱਤ ਤੋੜ ਦਿਓ ਜਾਂ ਕੋਈ ਐਦਾਂ ਕਿਸੇ ਤੋਂ ਜਾ ਕੇ ਮੁਰਗਾ ਮੰਗੋ, ਕਦੇ ਵੀ ਸੋਝੀ ਨਹੀਂ ਹੈਗੀ। ਦੂਸਰਾ ਭਾਵ ਕਹਿਣ ਦੀ ਗੱਲ ਇਹ ਹੈ ਵੀ ਇਹ ਬਿਲਕੁਲ ਸਾਹਮਣੇ ਖੜਾ, ਇਹਨੂੰ ਇਹ ਪਰਸੋਂ ਆਇਆ, ਇਹਨੂੰ ਜਾਂ ਕਿਸੇ ਵੀ ਜਥੇਬੰਦੀ ਨੇ ਜਾ ਸੀ ਕਿ ਇਹਨੂੰ ਕਿਹਾ ਵੀ ਤੁਸੀਂ ਇਹਦੀ ਲੱਤ ਤੋੜ ਦੇ, ਉਹ ਇਹਦੀ ਆਪਣੀ ਜ਼ਿੰਮੇਵਾਰੀ, ਇਹਨੇ ਸਜ਼ਾ ਕੀਤੀ ਆ, ਜੋ ਇਹਦਾ ਜ਼ੁਲਮ ਆ ਇਹਨੂੰ ਪੁਲਿਸ ਪ੍ਰਸ਼ਾਸਨ ਇਹਨੂੰ ਦੇਵੇ। ਅਸੀਂ ਬਿਲਕੁਲ ਇਸ 'ਚ ਹਾਂ ਇੱਕ ਗੱਲ ਕਲੀਅਰ ਕਰਦੇ ਹਾਂ, ਸਾਡਾ ਕੋਈ ਵੀ ਜਥੇਬੰਦੀ ਹੈ ਬਾਬਾ ਰਾਜਾ ਰਾਮ ਦੀ ਗੱਲ ਸੁਣੋ, ਮੇਰੇ ਜਿੰਨੇ ਸਿੰਘ ਹੋਣਗੇ ਅੱਜ ਵੀ ਮੈਂ ਕਲੀਅਰ ਕਰਦਾ ਵੀ ਕੋਈ ਵੀ ਸਿੰਘ ਹੈ, ਹੁਣ ਇਹ ਵੀ ਹੈ ਸਿੰਘ ਤਾਂ ਸਾਰੇ ਗੁਰੂ ਦੇ ਨੇ, ਮੇਰਾ ਕੋਈ ਸਿੰਘ ਨਹੀਂ। ਇੱਕ ਇੱਦਾਂ ਜ਼ਿੰਮੇਵਾਰੀ ਹੈ ਵੀ ਜੋ ਹੁਣ ਮੇਰੇ ਕੋਲ ਰਹਿਣਗੇ ਜਥੇਬੰਦੀਆਂ ਖੜੀਆਂ ਸੁਣਦੇ ਉਹਨਾਂ ਦੀ ਜ਼ਿੰਮੇਵਾਰੀ ਮੈਂ ਕਿੰਨੇ ਦਿਨ ਪਹਿਲਾਂ ਤੁਹਾਡੇ ਕੋਲ ਆਏ ਨੇ ਜੀ? ਹਾਂਜੀ ਕਿੰਨੇ ਦਿਨ ਪਹਿਲਾਂ ਆਏ ਤੁਹਾਡੇ ਕੋਲ? ਇਹ ਤਕਰੀਬਨ ਇਹਨੂੰ 3 ਦਿਨ ਹੋਏ ਨੇ ਹੜਿਆਏ ਨੂੰ। ਦਲ ਪੰਥ ਚ ਹੀ ਰਹਿੰਦਾ, ਲੰਗਰ ਦੀ ਸੇਵਾ ਕਰਦਾ। ਕਿਹਾ ਨੀ ਕਿ ਬਾਬਾ ਮਾਨ ਸਿੰਘ ਤੁਹਾਡੇ ਕੋਲ ਛੱਡ ਕੇ ਗਏ ਨੇ ਥੋੜੇ ਦਿਨ? ਸਾਨੂੰ ਇਹਨੇ ਕਲੀਅਰ ਕਰੇ ਪੁੱਛਿਆ ਅਸੀਂ ਇਹੀ ਕਵਾਂਗੇ ਜੋ ਜਿਹਨੇ ਮੌਕੇ ਤੇ ਇਹਨੇ ਲੱਤ ਤੋੜੀ ਆ, ਆ ਸਾਰਾ ਮੀਡੀਆ ਖੜਾ,
जो बनती सजा जथेबंदियों देना पुलिस ने देवे आपकी आप भुगतूगा। जे असी ने कहा तो साड़ी बनती कार्रवाई साढ़े पर की जाए पर इन्ना ध्यान रखियो कल भी असी सारी सफाई करिए बाबा राजा राज सिंह जी ने कहा भी वह पहला सबूत मांगते असी वह भी सबूत देते कल असी साड़ी सारी निबड़ी अज साढ़े तैयार हो रहा इस करके इस चीज़ को पुलिस प्रशासन भी साड़िया निहंग सिंह जथेबंदियां भी क्लीयर कर देना असी हथ हथ जोड़ के फतेह बुला के संसार में जावे पर साडे ते जिहड़े सारा साडे वाल भी वेखना पेगा असी जमीन करके नहीं बैठे चमकौर साहब तो नहीं असं भी चमकौर साहब तो बाबा राजा राज ने इन पुछो एक बार क्लीयर करके भी मैं इन्हू क्या मेरा कसूर कडो कितने बाबा जी गल क्लीयर जो मुद्दा चलता है ना अपना ताड़ी फोटो वाला देखो तुम्हें भरा जी ठीक है ना गल ये आ भी जो तुम उत्थे गए सानू नहीं पता भी फोटो कदों लवाई दो महीने तीन महीने पहला भी ये तुम ये दसो कि सानू दस्सिया तुसीं बाबा राज सिंह राजे कि जथेबंदियां दा कोई साडियां सवाल हुंदा भी मान सिंह किनू बिल्कुल ना सानू पुछिया भी बाबा मान सिंह दा नाम दसो भी उहनू दस के गए हो जां उहनू कहया देखो सारा क्लीयर करांगे इदां दी कोई गल नहीं देखो सारे बदनाम हो रहे आ सारे बदनाम करके असीं ये कहंदे भी तू ये दस तू साडी जथेबंदी नूं कोई नहीं पता किसे नूं ना अस सानू पता ना बाबा राज सिंह राजे नूं बाबा जी एक बेनती हो रही है कह दो ਵੀ ਪੁਲਿਸ ਇਹਦੀ ਪੈਰਵੀ ਕਰੇ ਜਿਵੇਂ ਪਹਿਲਾਂ ਛੱਡੇ ਜਾਂਦੇ ਆ ਬੰਦੇ ਦੀ ਕੀ ਕਾਰਵਾਈ ਹੋਈ ਜਾਂਦਾ ਛੱਡਣ ਦਾ ਮਤਲਬ ਇਹ ਨਹੀਂ ਲੱਤ ਤੋੜੀ ਬੰਦੇ ਦੀ ਬੰਦੇ ਦੀ ਸੱਚੀ ਗੱਲ ਆ सौ बंदा छड़ता हूं नहीं छड़ दो बाबा जी रखे तेरा ठल भी पै जूगी ਬੰਦ ਕਰ ਲੈ ਵੀਡੀਓ ਨਾ ਕੋਈ ਬਣਾਇਓ ਕੋਈ ਗੱਲ ਸੁਣਾ ਬੱਚੇ ਨੂੰ ਗੱਲ ਦਾ ਜਵਾਬ ਦੇ